ਅੱਜ ਜਿਸ ਤਰ੍ਹਾਂ ਪਹਿਲਾਂ ਦੱਸਿਆ ਜਾ ਚੁੱਕਿਆ ਕਿ 26 ਮਈ ਦਾ ਦਿਹਾੜਾ ਜਦੋਂ ਕਿਸਾਨਾਂ ਨੂੰ ਦਿੱਲੀ ਦੇ ਆ ਬਰੂਹਾਂ ਤੇ ਬੈਠਿਆਂ ਨੂੰ 6 ਮਹੀਨੇ ਗੁਜ਼ਰ ਗਏ ਮੋਦੀ ਸਰਕਾਰ ਆਪਣਾ ਅੜੀਲ ਬਤੀਰਾ ਅਖਤਿਆਰ ਕਰ ਚੁੱਕੀ ਹੈ ਇਸ ਅੜੀਲ ਬਤੀਰੇ ਨੂੰ ਤੋੜਨ ਲਈ ਪਾਈਚਾਰ ਕੇਕਤਾ ਕੈਮ ਕਰਨ ਲਈ ਕਰੋਨਾ ਮਹਾਮਾਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅੱਜ ਹਲਕਾ ਸਾਨੇਵਾਲ ਦੇ ਵੱਖ-ਵੱਖ ਪਿੰਡਾਂ 'ਚ ਵੀ ਪੁਤਰੇ ਫੂਕੇ ਜਾ ਰਹੇ ਨੇ ਸਾਰੇ ਘਰਾਂ ਉੱਤੇ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਅਤੇ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਮਜ਼ਦੂਰ ਤੇ ਕਿਸਾਨ ਸਾਂਝੇ ਤੌਰ ਤੇ ਮੈਦਾਨ ਵਿੱਚ ਨੇ ਇਸ ਲਈ ਅੱਜ ਕੁਆੜੇ ਦੇ ਅੰਦਰ ਇਲਾਕੇ ਦੇ ਮੋਤਵਾਰ ਬੰਦਿਆਂ ਨੇ ਇਕੱਠੇ ਹੋ ਕੇ ਕਰੋਨਾ ਜਿਹੜੇ ਕੋਵਿਡ 19 ਦੀਆਂ ਨਿਯਮਾਂ ਨੂੰ ਇਹ ਪਾਲਣਾ ਕਰਦੇ ਹੋਏ ਅੱਜ ਦਾ ਮੋਦੀ ਦਾ ਦਾ ਸੰਸਕਾਰ ਆ ਜਿਹੜਾ ਕੀਤਾ ਜਿੱਥੇ ਤੱਕ ਸਵਾਲ ਆ ਕਿ ਇਸ ਅੰਦੋਲਨ ਦੇ ਅੰਦਰ ਮਜ਼ਦੂਰ ਜਮਾਤ ਦਾ ਕੀ ਰੋਲ ਆ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਸ ਦਿਨ ਤੋਂ ਕਿਸਾਨਾਂ ਵੱਲੋਂ ਇਹ ਕਾਲੇ ਕੁੰਨਾਂ ਦੇ ਵਿਰੁੱਧ ਆਵਾਜ਼ ਚੁੱਕੀ ਗਈ ਉਸ ਤੋਂ ਵੀ ਪਹਿਲਾਂ ਜਦੋਂ ਬਿੱਲ ਲਿਆਂਦੇ ਗਏ ਪਾਰਲੀਮੈਂਟ ਦੇ ਅੰਦਰ ਹਿੰਦੂਸਤ ਭਾਰਤ ਦੀ ਵਰਕਿੰਗ ਕਲਾਸ ਵੱਲੋਂ ਦੇਸ਼ ਦੀਆਂ 10 ਕੇਂਦਰੀ ਟ्रेड ਯੂਨਿਆਂ ਵੱਲੋਂ ਸਾਝੇ ਤੌਰ ਤੇ ਇਹਨਾਂ ਨੀਤੀਆਂ ਦੇ ਖਿਲਾਫ ਲੜਾਈ 1990-91 ਤੋਂ ਸ਼ੁਰੂ ਕੀਤੀ ਗਈ ਆ। ਇਹ ਇਸ ਲੜਾਈ ਨੂੰ ਲੜਦੇ ਆ ਮਜ਼ਦੂਰ ਜਿੱਥੇ ਬੰਦੀਆਂ ਅੱਜ ਵੀ ਜਿੱਥੇ ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਖਿਲਾਫ ਅਤੇ ਚਾਰ ਜਿਹੜੇ ਕੋਡ ਬਿਲ ਨੇ ਜਿਹੜੇ ਸਮੁੱਚੇ ਤੌਰ ਤੇ ਵਰਕਿੰਗ ਕਲਾਸ ਦੇ ਮਜ਼ਦੂਰ ਜਮਾਤ ਦੇ ਵਿਰੁੱਧ ਨੇ ਔਰ ਪੂੰਜੀਪਤੀਆਂ ਦੇ ਹੱਕ ਵਿੱਚ ਨੇ ਕਾਰਪੋਰੇਟ ਕਰਾਣਿਆਂ ਦੇ ਹੱਕ ਵਿੱਚ ਨੇ ਉਹ ਚਾਰ ਕੋਡ ਬਿੱਲਾਂ ਨੂੰ ਵਾਪਸ ਕਰਾਉਣ ਲਈ ਅਸੀਂ ਲੜਾਈ ਲੜ ਰਹੇ ਹਾਂ ਪਿਛਲੇ ਦਿਨਾਂ 'ਚ ਜਿਹੜੀਆਂ 10 ਕੇਂਦਰੀ ਟ्रेड ਯੂਨਿਅਨਾਂ ਨੇ ਉਹਨਾਂ ਨੇ ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨਾਂ ਦੇ ਖਿਲਾਫ ਅਤੇ ਮੋਦੀ ਸਰਕਾਰ ਨੂੰ ਇਕੱਠਿਆਂ ਹੋ ਕੇ ਦਬਣ ਲਈ ਸਾਂਝੇ ਤੌਰ ਤੇ ਰਣਨੀਤੀ ਤੈਅ ਕੀਤੀ ਹੈ ਅੱਜ ਵੀ 10 ਕੇਂਦਰੀ ਟ्रेड ਯੂਨੀਅਨਾਂ ਨੇ ਪੂਰਾ ਸਮਰਥਨ ਦਿੱਤਾ ਸਮਰਥਨ ਹੀ ਨਹੀਂ ਦਿੱਤਾ ਬਲਕਿ ਪੂਰੇ ਦੇਸ਼ ਦੇ ਅੰਦਰ ਮਜ਼ਦੂਰ ਜਮਾਤ ਕਾਲੇ ਝੰਡੇ ਲਾ ਕੇ ਮੋਦੀ ਦੇ ਪੁੱਤਰੇ ਫੂਕਣ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ। ਔਰ ਮੋਦੀ ਦੀ ਸਰਕਾਰ ਨੇ ਵੀ ਕੋਵਿਡ 19 ਦੇ ਡਰਾਬੇ ਨਾਲ ਜਿਹੜੇ ਪਬਲਿਕ ਸੈਕਟਰ ਦੇ ਸੈਕਟਰ ਆ ਸਮੁੱਚੇ ਤੌਰ ਤੇ ਪਾਵੇਂ ਐਫਸੀਆਈ ਹੋਵੇ ਮਾਰਕਫੈਡ ਹੋਵੇ ਪੰਸਪ ਹੋਵੇ ਜਾਂ ਰੇਲਵੇ ਹੋਵੇ ਐਲਆਈਸੀ ਹੋਵੇ ਇਹਨਾਂ ਆਪਣੇ 에য়ারਪੋਰਟ ਦੇ ادارے ਹੋਣ ਇਹ ਸਾਰੇ ਅਦਾਰਿਆਂ ਨੂੰ ਮੰਡੀ ਬੋਰਡ ਹੋਵੇ ਇਹਨਾਂ ਨੂੰ ਖਤਮ ਕਰਨ ਦੀ ਠਾਣੀ ਹੋਈ ਹੈ ਇਸ ਲਈ ਇਹ ਲੜਾਈ ਆ ਜਿਹੜੀ ਕੱਲੀ ਹੁਣ ਕਿਸਾਨਾਂ ਦੀ ਨਹੀਂ ਰਹੀ ਇਹ ਲੜਾਈ ਆੜਤੀਆਂ ਦੀ ਪੱਲੇਦਰਾ ਦੀ ਇਹ ਲੜਾਈ ਪਠਾ ਮਜ਼ਦੂਰਾਂ ਦੀ ਇਹ ਲੜਾਈ ਮਨਰੇਗਾ ਮਜ਼ਦੂਰਾਂ ਦੀ ਸਾਂਝੇ ਤੌਰ ਤੇ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕਰਦੇ ਤੇ ਲੜਾਈ ਵੀ ਸਾਂਝੀ ਹੋ ਚੁੱਕੀ ਆ ਇਹ ਲੜਾਈ ਹੁਣ ਦੁਕਾਨਦਾਰਾਂ ਦੀ ਰੇੜੀ ਫੜੀ ਵਾਲਿਆਂ ਦੀ ਸਾਰਿਆਂ ਦੀ ਆ ਕਿਉਂਕਿ ਮੋਦੀ ਸਰਕਾਰ ਨੇ ਜਿਹੜੀਆਂ ਸਰਕਾਰੀ ਨੌਕਰੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਠੇਕੇ ਤੇ ਦੇਣ ਦਾ ਜਿਹੜਾ ਤਹੀਆ ਕਰ ਲਿਆ ਮੈਂ ਇੱਕ ਧਾਰਨ ਦੇ ਸਕਦਾ ਸਾਡੇ ਕੂਮਕਲਾ ਦਾ ਹਸਪਤਾਲ ਸਰਕਾਰੀ ਹਸਪਤਾਲ ਆ ਮਾਡਰਨ ਹਸਪਤਾਲ ਆ ਉਸ ਹਸਪਤਾਲ ਵਿੱਚ ਤੇ ਭਾਵੇਂ ਡਾਕਟਰਾਂ ਦੀਆਂ ਪੂਰੀਆਂ ਸੀਟਾਂ ਨਹੀਂ ਭਰੀਆਂ ਗਈਆਂ ਕਿਉਂਕਿ ਰੱਖੀਆਂ ਹੀ ਨਹੀਂ ਸੀਟਾਂ ਹਸਪਤਾਲ ਨੂੰ ਨੌਂੜੇ ਕਰੋੜਾ ਰੁਪਇਆ ਖਰਚਤਾ ਪਰ ਉੱਥੇ ਜਿਹੜੀਆਂ ਡਾਕਟਰਾਂ ਦੀਆਂ ਸੀਟਾਂ ਭਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੁਣੇ ਰੀਸੈਂਟਲੀ ਇਹਨਾਂ ਦਿਨਾਂ ਦੇ ਵਿੱਚ ਹੀ ਐਸਐਮਓ ਨਾਲ ਗੱਲਬਾਤ ਹੋਈ ਆ ਊਮਕਲਾ ਦੇ ਨਾਲ ਉਹਨਾਂ ਨੇ ਕਿਹਾ ਵੀ ਜੇ ਠੇਕੇਦਾਰੀ ਸਿਸਟਮ ਦੇ ਅਧੀਨ ਅਸੀਂ ਨੌਕਰੀਆਂ ਤੇਆਂ ਕੁੜੀਆਂ ਨੇ ਕੁਝ ਰੱਖ ਸਕਦੇ ਆ ਕਿਉਂਕਿ ਕਰੋਨਾ ਨੂੰ ਜਿਹੜੀ ਮਹਾਮਾਰੀ ਹੈ ਦਾ ਹਮਲਾ ਤੇਜ਼ ਆ ਲੋਕਾਂ ਦੇ ਟੈਸਟਿੰਗ ਕਰਨ ਵਾਸਤੇ ਉਹਨਾਂ ਨੂੰ ਹੋਰ ਮਤਲਬ ਸਾਰਾ ਚੈੱਕਅਪ ਕਰਨ ਲਈ ਉਹਨਾਂ ਨੇ ਕੁੜੀਆਂ ਰੱਖਣੀਆਂ ਨੇ ਔਰ ਚੌਕੀਦਾਰ ਰੱਖਣੇ ਨੇ ਉਹ ਕੁੜੀਆਂ ਨੂੰ ਤਨਖਾਹ ਕਿੰਨੀ ਦੇਣੀ ਆ ਜਿਹਨੇ ਜਿਹੜੀ ਕੁੜੀ ਨੇ ਐਮਏ ਕੀਤੀ ਹੋਈ ਆ ਜਾਂ ਮਤਲਬ ਜੀਐਨਐਮ ਕੀਤੀ ਹੋਈ ਆ ਐਨਐਮ ਨੇ ਉਹਨਾਂ ਨੂੰ ਸਾਰਿਆਂ ਤਨਖਾਹ ਕਿੰਨੀ ਦੇਣੀ ਆ ਸਿਰਫ 4600 ਰੁਪਇਆ ਕਹਿੰਦਾ 4600 ਰੁਪਇਆ ਲੈ ਲਓ ਤੇ ਨੌਕਰੀ ਤੇ ਆਜੋ ਕਿਉਂਕਿ ਠੇਕੇਦਾਰੀ ਸਿਸਟਮ ਚੱਲਿਆ ਇਸੇ ਤਰ੍ਹਾਂ ਜਿਹੜੇ ਚੌਕੀਦਾਰ ਰੱਖਣੇ ਨੇ ਕਲਾਸ 4 ਭਰਤੀ ਕਰਨੇ ਨੇ ਉਹਨਾਂ ਨੂੰ ਵੀ ਤਨਖਾਹ ਆ ਟਾਈਮ 12 ਘੰਟੇ ਕੰਮ ਕਰਨਾ ਪਊਗਾ ਤੇ ਤਨਖਾਹ ਜਿਹੜੀ ਆ ਉਹ ਨਗੂਣੀ 45-4400 ਰੁਪਏ ਜਿਹੜੀ ਦੇਣੀ ਤੇਰੀ ਤੀਤੀ ਹੋਊਗੀ ਇਸ ਲਈ ਇਹ ਜਿਹੜਾ ਕੰਮ ਆਸਲ ਵਿੱਚ ਸੱਚੇ ਮਿਹਨਤੀ ਲੋਕਾਂ ਦੇ ਦੁਕਾਨਦਾਰ ਨੇ ਦੁਕਾਨਦਾਰਾਂ ਦਾ ਕੰਮ ਵੀ ਖੋ ਕੇ ਮੋਲਾਂ ਦੇ ਵਿੱਚ ਨੂੰ ਜਾਣਾ ਮੋਲ ਮੋਲ ਵਿੱਚ ਉਹ ਸੌਦਾ ਲੈ ਜਾ ਸਕਦਾ ਦੁਕਾਨ ਤੋਂ ਸੌਦਾ ਨਹੀਂ ਲਿਆ ਜਾ ਸਕਦਾ ਰੇੜੀ ਫੜੀ ਲਾਉਣ ਤੇ ਪੂਰੀ ਪਵੰਦੀ ਲਾ ਦੇਣੀ ਆ ਹੌਲੀ ਹੌਲੀ ਸਰਕਾਰ ਨੇ ਜਿਵੇਂ ਕਿਸਾਨਾਂ ਨਾਲ ਹੋ ਰਿਹਾ ਇਸੇ ਤਰ੍ਹਾਂ ਮਜ਼ਦੂਰਾਂ ਨਾਲ ਵੀ ਹੋਣਾ ਇਹ ਹਮਲਾ ਤੇਜ਼ ਆ ਇਸ ਹਮਲੇ ਦੇ ਖਿਲਾਫ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਸਮੁੱਚੇ ਤੌਰ ਤੇ ਕਿ ਸਾਡਾ ਘਰੇ ਬੈਠਿਆ ਗੁਜ਼ਾਰਾ ਨਹੀਂ ਹੋਣਾ ਇਹ ਲੜਾਈ ਹੁਣ ਪਹਿਲਾਂ ਕੁਝ ਲੋਕ ਇਹ ਪ੍ਰਚਾਰ ਕਰਦੇ ਆ ਵੀ ਇਹ ਲੜਾਈ ਤਾਂ ਜੱਟਾਂ ਦੀ ਤੇ ਮੋਦੀ ਦੀ ਆ ਇਹ ਲੜਾਈ ਜੱਟਾਂ ਤੇ ਮੋਦੀ ਦੀ ਨਹੀਂ ਇਹ ਲੜਾਈ ਤਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਮਤਲਬ ਸਾਰੇ ਸਮੁੱਚੇ ਵਰਗ ਦੀ ਲੜਾਈ ਬਣ ਗਈ ਆ ਕਿ ਮੋਦੀ ਸਾਰਾ ਕੁਝ ਦੇਸ਼ ਦਾ ਢਾਂਚਾ ਜਿਹੜਾ ਉਸ ਨੂੰ ਕਾਰਪੋਰੇਟ ਕਾਣਿਆਂ ਦੇ ਹੱਥਾਂ ਵਿੱਚ ਦੇ ਕੇ ਸਾਨੂੰ ਗੁਲਾਮ ਕਰਨਾ ਚਾਹੁੰਦਾ ਮੁੜ ਕੇ ਫਿਰ ਇਤਿਹਾਸ ਨੂੰ ਪੁੱਠਾ ਘੇੜਾ ਦੇਣਾ ਚਾਹੁੰਦਾ ਇਸ ਲਈ ਜਿਹੜੀ ਆਜ਼ਾਦੀ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਆਜ਼ਾਦ ਗਦਰੀ ਬਾਬੇ ਨਾਮ ਧਾਰੀਆਂ ਨੇ ਆਪਣਾ ਖੂਨ ਡੋਲ ਕੇ ਫਾਂਸੀਆਂ ਦੇ ਫੰਦੇ ਗਲ ਵਿੱਚ ਪਾ ਕੇ ਜਾਇਦਾਦਾਂ ਕੁਰ ਕਰਵਾ ਕੇ ਕਾਲੇ ਪਾਣੀਆਂ ਦੀਆਂ ਸਜ਼ਾ ਸਜ਼ਾਮਾ ਭੁਗਤ ਕੇ ਸਾਨੂੰ ਆਜ਼ਾਦੀ ਦਵਾਈਆ ਉਸ ਆਜ਼ਾਦੀ ਨੂੰ ਅੱਜ મોદી ਵੱਲੋਂ ਖਤਰਾ ਇਸ ਲਈ ਜੇ ਤੁਸੀਂ ਸੱਚੇ ਸੁੱਚੇ ਦੇਸ਼ ਭਗਤੋਂ ਜੇ ਆਪਾਂ ਦੇਸ਼ ਭਗਤਾਂ ਦੇ ਵਾਰਿਸਾਂ ਅਸੀਂ ਬਾਬੇ ਨਾਨਕ ਦੇ ਪੈਰੋਕਾਰਾਂ ਬਾਬੇ ਨਾਨਕ ਨੂੰ ਅਸੀਂ ਮੰਨਦੇ ਆ ਜਿਹੜਾ ਬਾਬਾ ਨਾਨਕ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਨੂੰ ਨਾਰਾ ਦਿੰਦਾ ਸਭੇ ਸਾਂਝੀ ਵਾਲਸਦਾਨ ਕੋਈ ਨਾ ਦੀ ਸੇਵਾ ਰਾ ਜਿਓ ਉਸ ਨਾਰੇ ਦੇ ਪਹਿਤ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਾਤ ਪਾਤੋਂ ਉੱਤੇ ਉੱਠ ਕੇ ਧਰਮਾਂ ਤੋਂ ਗੋਤਾ ਤੋੜ ਕੇ ਉੱਠ ਕੇ ਸਾਨੂੰ ਹੱਕ ਸੱਚ ਤੇ ਇਨਸਾਫ ਦੀ ਲੜਾਈ ਹੈ ਜਿਹੜੀ ਉਹਦੇ ਵਿੱਚ ਕੁਦਣਾ ਚਾਹੀਦਾ ਜਿੱਥੇ ਤੱਕ ਰਾਜਨੀਤੀ ਦਾ ਸਵਾਲ ਆ ਇਹ ਰਾਜਨੀਤੀ ਦੇ ਸਵਾਲ ਉੱਤੇ ਦੇਸ਼ ਦੇ ਅੰਦਰ ਜਿਉਂ ਅਵਸਥਾ ਬਣੀ ਹੈ ਮੋਦੀ ਦੀ ਸਰਕਾਰ ਲੋਕ ਵਿਰੋਧੀ ਹੋਣ ਕਰਕੇ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਬੰਗਾਲ ਦੇ ਅੰਦਰ ਵੱਡੀ ਵੱਡਾ ਸੂਬਾ ਸੀ ਬੰਗਾਲ ਦੇ ਵਿੱਚੋਂ ਮੋਦੀ ਨੂੰ ਲੋਕਾਂ ਨੇ ਹੁੰਝ ਕੇ ਰੱਖਤਾ ਜਿਹੜੇ ਕਹਿੰਦੇ ਸੀ 200 ਸੀਟਾਂ ਲਵਾਂਗੇ ਉਹ 70 ਤੇ ਜਾ ਕੇ ਖੜ ਗਏ ਇਸ ਲਈ ਜਿਹੜੇ ਕਹਿੰਦੇ ਸੀ ਅਸੀਂ ਸਰਕਾਰ ਬਣਾਵਾਂਗੇ ਬੰਗਾਲ ਦੇ ਅੰਦਰ ਉਹ ਸਰਕਾਰ ਬਣਾਉਣ ਦੀ ਗੱਲ ਹੁਣ ਦੂਰ ਚਲੇ ਗਈ ਇਸੇ ਤਰ੍ਹਾਂ ਕੇਰਲਾ ਦੇ ਵਿੱਚੋਂ ਉਹ ਬਿਲਕੁਲ ਹੀ ਜ਼ੀਰੋ ਆਈ ਆ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਿਹੜੀ ਆ ਉਹ ਭਾਜਪਾ ਦੀ ਗਿਣਤੀ ਆ ਜਿਹੜੀ ਘਟੀ ਆ ਆਉਣ ਵਾਲੇ ਦਿਨਾਂ ਵਿੱਚ ਜੇ ਲੋਕਾਂ ਨਾਲ ਸਰਕਾਰ ਨਾ ਖੜੀ ਜੇ ਸਰਕਾਰ ਨੇ ਲੋਕਾਂ ਦੇ ਮਸਲਿਆਂ ਨੂੰ ਹੱਲ ਨਾ ਕੀਤਾ ਤੇ لازمی ਤੌਰ ਤੇ ਇਹਦੇ ਸਿੱਟੇ ਆ ਜਿਹੜੇ ਉਹ ਗੰਭੀਰ ਨਿਕਲਣਗੇ ਭਾਵੇਂ ਯੂਪੀ ਦੀਆਂ ਚੋਣਾਂ ਹੋਣ ਵਾਲੀਆਂ ਨੇ ਜਾਂ ਦੂਜੇ ਸੂਬਿਆਂ ਵਿੱਚ ਚੋਣਾਂ ਹੋਣ ਵਾਲੀਆਂ ਨੇ ਉਹਨਾਂ ਚੋਣਾਂ ਦੇ ਅੰਦਰ ਆ ਜਿਹੜੀ ਕਿਸਾਨੀ ਅੰਦੋਲਨਾਂ ਇਸ ਦਾ ਇੱਕ ਅਹਿਮ ਰੋਲ ਹੋਊਗਾ ਅਹਿਮ ਭੂਮਿਕਾ ਹੋਊਗੀ ਜਿਹੜੀ ਮੋਦੀ ਸਰਕਾਰ ਇਹ ਦੇਸ਼ ਦੇ ਅੰਦਰ ਲੋਕਾਂ ਨੂੰ ਪਾੜ ਕੇ ਹਿੰਦੂਤਵ ਦਾ ਨਾਰਾ ਦੇ ਕੇ ਅਸਲ ਵਿੱਚ ਮਨੁਸਮਰਤੀ ਨੂੰ ਲਾਗੂ ਕਰਨਾ ਚਾਹੁੰਦੀ ਹੈ ਮਨੁਸਮਰਤੀ ਜਿਹੜੀ ਆ ਇਹ ਅਸੀਂ ਦੇਖੀਏ ਕਿ ਜਿਹੜੀ ਚਾਰ ਵਰਨਾ ਵਿੱਚ ਮਨੁਸਿਮਰਤੀ ਨੇ ਲੋਕਾਂ ਨੂੰ ਵੰਡਿਆ ਇਸ ਲਈ ਇਹ ਮਨੁਸਿਮਰਤੀ ਖਾਸ ਕਰਕੇ ਜਿਹੜੀ ਵਰਕਿੰਗ ਕਲਾਸ ਹੈ ਜਿਹੜੇ ਸ਼ੂਦਰ ਤੇ ਬੈਸ ਨੇ ਇਹਨਾਂ ਦੇ ਖਿਲਾਫ ਆ ਇਸ ਨੀਤੀ ਤੇ ਚੱਲਦੇ ਆ ਮੋਦੀ ਸਰਕਾਰ ਚੋਂ ਦੀ ਆ ਮਨੁਸਿਮਰਤੀ ਨੂੰ ਲਾਗੂ ਕਰਨਾ ਲੋਕਾਂ ਨੂੰ ਪਾੜਨਾ ਤੇ ਲੋਕਾਂ ਉੱਤੇ ਫਿਰ ਜਿਹੜਾ ਜ਼ਬਰ ਜ਼ੁਲਮ ਦਾ ਕਹੜਾ ਉਸ ਨੂੰ ਤੇਜ ਕਰਨਾ ਕਿਉਂਕਿ ਖਾਸ ਕਰਕੇ ਸਾਡੇ ਐਸ்சி ਭਾਈਚਾਰੇ ਵਿੱਚੋਂ ਨੌਜਵਾਨ ਪੜ੍ਹ ਲਿਖ ਗਏ ਨੇ ਆ ਪੈਨਲ ਆਉਂਡ ਦੀ ਜਿਹੜੀ ਅਜਾਇਤਾ ਇਹ ਸਾਨੂੰ ਬਾਬਾ ਡਾਕਟਰ ਸਾਹਿਬ ਭੀਮਰਾਓ ਉਵੇਦ ਕਰਦੇ ਸੰਵਿਧਾਨ ਨੇ ਲੈ ਕੇ ਦਿੱਤੀ ਆ ਉਹ ਮੋਦੀ ਅੱਜ ਜਿਹੜਾ 2024 ਦਾ ਏਜੰਡਾ ਮੋਦੀ ਦਾ ਉਹ ਮਨੁਸਿਮਰਤੀ ਨੂੰ ਲਾਗੂ ਕਰਨਾ ਲੋਕਾਂ ਨੂੰ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਦੀ ਨੀਤੀ ਅਖਤਿਆਰ ਕਰਕੇ ਹਿੰਦੂਆਂ ਦੇ ਨਾਂ ਤੇ ਸਿੱਖਾਂ ਦੇ ਨਾਂ ਤੇ ਮੁਸਲਮਾਨਾਂ ਦੇ ਨਾਂ ਤੇ ਸਾਈਆਂ ਦੇ ਨਾਂ ਤੇ ਪਾੜ ਕੇ ਆਪਣਾ ਜਿਹੜਾ ਮਸਲਾ ਉਸ ਨੂੰ ਹੱਲ ਕਰਨਾ ਚਾਹੁੰਦਾ ਆਪਣੇ ਰਾਜਪਗ ਦੀ ਉਮਰ ਲੰਬੀ ਕਰਨਾ ਚਾਹੁੰਦਾ ਇਹ ਇਹਨਾਂ ਗੱਲਾਂ ਦੇ ਵਿੱਚ ਕਿਉਂਕਿ ਹੁਣ ਸਮਾਂ ਬਹੁਤ ਅੱਗੇ ਲੰਘ ਚੁੱਕਿਆ ਲੋਕ ਕਿਸਾਨ ਵੀ ਸਿਆਣੇ ਹੋ ਗਏ ਮਜ਼ਦੂਰ ਵੀ ਸਿਆਣੇ ਹੋ ਗਏ ਉਹ ਚਾਹੁੰਦੇ ਆ ਇਸ ਨਾਂ ਉੱਤੇ ਲੋਕਾਂ ਨੂੰ ਪਾੜ ਕੇ ਅਸੀਂ ਆਪਣੇ ਰਾਜਪਗ ਦੀ ਉਮਰ ਲੰਬੀ ਕਰ ਸਕਦੇ ਆ ਇਹ ਨਹੀਂ ਹੋਣ ਦਿੱਤਾ ਜਾਊਗਾ ਹਿੰਦ ਭਾਰਤ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਭਾਵੇਂ ਉਹ ਨਾਰਾ ਕਿਸਾਨੀ ਅੰਦੋਲਨ ਨੂੰ ਮਤਲਬ ਇਹ ਨਾਰਾ ਦੇਣ ਇਹ ਖਾਲਸਤਾਨੀਆਂ ਵਖਵਾਦੀਆ ਨਕਸਲੀਏ ਨੇ ਇਹ ਕਾਮਰੇਡ ਨੇ ਇਦਾਂ ਦੇ ਨਾਰੇ ਭਾਵੇਂ ਦੇਣ ਉਹ ਨਾਰੇ ਕਾਮਯਾਬ ਨਹੀਂ ਹੋਣਗੇ ਲੋਕ ਹੁਣ ਝੰਡੇ ਡੰਡੇ ਦਾ ਸਵਾਲ ਵੀ ਛੱਡ ਕੇ ਜਾਤਾਂ ਪਾਤਾਂ ਦੇ ਮਸਲਿਆਂ ਨੂੰ ਵੀ ਛੱਡ ਕੇ ਧਰਮਾਂ ਗੋਤਾਂ ਦੇ ਮਸਲਿਆਂ ਨੂੰ ਛੱਡ ਕੇ ਲੋਕ ਹੁਣ ਆਪਣੀਆਂ ਮੰਗਾਂ ਲਈ ਇਕੱਠੇ ਨੇ ਔਰ ਮੈਂ ਵਧਾਈ ਦੇਣਾ ਚਾਹਨਾ ਹਿੰਦ ਭਾਰਤ ਦੀ ਮਜ਼ਦੂਰ ਜਮਾਤ ਨੂੰ ਜਿਨ੍ਹਾਂ ਨੇ 10 ਕੇਂਦਰੀ ਟ੍ਰੇਡ ਯੂਨੀਅਨ ਨੇ ਅੱਜ ਆਪਣੇ ਜਿਹੜੀ ਲੜਾਈ ਆ ਇਸ ਲੜਾਈ ਨੂੰ ਜਿੱਥੇ 4 ਕੋੜ ਬਿੱਲਾਂ ਦੇ ਖਿਲਾਫ ਤੇ ਜਿਹੜਾ 2 ਬਿਜਲੀ ਬਿੱਲ 2021 ਦੇ ਖਿਲਾਫ ਜਿਹੜਾ ਨਾਰਾ ਚੱਕਿਆ ਜਿੱਥੇ ਅਸੀਂ ਖੇਤੀ ਦੇ ਕਾਨੂੰਨਾਂ ਦੇ ਖਿਲਾਫ ਲੜਨਾ ਉੱਥੇ ਇਹਨਾਂ ਨਾਰੇ ਦੇ ਜਿਹੜੇ ਲੋਕਾਂ ਨਾਲ ਨਿਰ ਨਿਰਦੇਸ਼ਮਤ ਰੱਖਦੇ ਆ ਉਹਨਾਂ ਲਈ ਵੀ ਲੜਾਂਗੇ ਕਿ ਜਿੱਥੇ ਤੱਕ ਮੁੱਖ ਮੰਤਰੀ ਬਣਾਉਣ ਦਾ ਸਵਾਲ ਆ ਬੀਜੇਪੀ ਨੇ ਨਾਰਾ ਦਿੱਤਾ ਸਿਰਫ ਜਿਹੜੀ 32 33% ਆਬਾਦੀ ਆ ਉਹਨਾਂ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਇਹ ਨਾਰਾ ਦਿੱਤਾ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਦਾ ਸਰਬ ਉੱਚ ਜਿਹੜੀ ਕੁਰਸੀ ਆ ਸਰਬ ਉੱਚ ਅਹੁਦਾ ਉਹ ਰਾਸ਼ਟਰਪਤੀ ਦਾ ਅਹੁਦਾ ਵਾ ਪ੍ਰਧਾਨ ਮੰਤਰੀ ਤੋਂ ਉੱਪਰ ਵੀ ਰਾਸ਼ਟਰਪਤੀ ਆ ਪਰ ਉਹ ਰਾਸ਼ਟਰਪਤੀ ਹੁੰਦਿਆ ਹੋਇਆ ਜਿਹੜੇ ਆਪਣੇ ਅਧਿਕਾਰ ਭੁੱਲ ਗਏ ਉਹ ਪ੍ਰਧਾਨ ਮੰਤਰੀ ਜਿਹੜਾ ਛੋਟਾ ਜਿਹੜਾ ਸਾਰੇ ਲੋਕਾਂ ਦੀ ਨਮਾਇੰਦਗੀ ਕਰਦਾ ਔਰ ਰਾਸ਼ਟਰਪਤੀ ਕਰਦਾ ਉਹਨੂੰ ਹਿੰਦੂ ਸਿੱਖ ਮੁਸਲਮਾਨ ਈਸਾਈ ਬੋਧੀ ਉਹ ਸਾਰੇ ਇੱਕ ਨੇ ਉਹਨਾਂ ਦੇ ਸਾਹਮਣੇ ਪਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਆ ਕੇ ਗੋਡੀ ਹੱਥ ਲਾਉਂਦੇ ਆ ਸਾਡੇ ਗਰੀਬ ਲੋਕਾਂ ਦਾ ਸਿਰ ਹੈ ਜਿਹੜਾ ਉਹ ਸ਼ਰਮ ਨਾਲ ਚੁੱਕਦਾ ਐਸਸੀ ਭਾਈਚਾਰੇ ਦਾ ਸਿਰ ਹੈ ਜਿਹੜਾ ਉਹ ਸ਼ਰਮ ਨਾਲ ਚੁੱਕਦਾ ਜੇ ਇਸੇ ਤਰ੍ਹਾਂ ਮੰਦਰ ਦੇ ਅੰਦਰ ਧਾਰਮਿਕ ਆਜ਼ਾਦੀਆਂ ਦੀ ਗੱਲ ਕਰ ਰਹੀਏ ਸਾਡੇ ਸਿੱਖ ਧਰਮਾਂ ਸਿੱਖ ਧਰਮ ਦੇ ਅੰਦਰ ਗੋਲਡਨ ਟੈਂਪਲ ਦੇ ਚਾਰੇ ਦਰਵਾਜ਼ੇ ਖੁੱਲੇ ਨੇ ਸਿੱਖ ਸਿੱਖ ਆਵੇ ਹਿੰਦੂ ਆਵੇ ਮੁਸਲਮਾਨ ਆਏ ਆਵੇ ਇਸਾਈ ਆਵੇ ਸਾਰੇ ਜਾ ਕੇ ਸਿਰਚ ਕਰ ਸਕਦੇ ਆ ਪਰ ਮੰਦਰਾਂ ਦੇ ਅੰਦਰ ਸਾਡੇ ਦੇਸ਼ ਦਾ ਸਭ ਤੋਂ ਵੱਡਾ ਉਹਦਾ ਰਾਸ਼ਟਰਪਤੀ ਦਾ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਦਰ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਇਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਗੱਲ ਆ ਤੇ ਮੋਦੀ ਨੂੰ ਕਹਿਣਾ ਚਾਹੁੰਦੇ ਆ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਹੋਵੇ ਕਿਸੇ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਹੋਵੇ ਇਹ ਛੋਟੀ ਗੱਲ ਆ ਵੱਡੀ ਗੱਲ ਆ ਸਾਡੇ ਜਿਹੜੇ ਜਿਹੜਾ ਭਾਈਚਾਰਾ ਉਹਦੀ ਏਕਤਾ ਜਿਹੜੀ ਹਿੰਦੂ ਸਿੱਖ ਮੁਸਲਮਾਨ ਧਰਮ ਨਿਰਪੱਖਤਾ ਉਹਦੀ ਮਤਲਬ ਧਰਮ ਨਿਰਪੱਖਤਾ ਦੀ ਰਾਖੀ ਕਰਨ ਦਾ ਸਵਾਲ ਸਭ ਤੋਂ ਵੱਡਾ ਜੇ ਧਰਮ ਨਿਰਪੱਖਤਾ ਨਹੀਂ ਫਿਰ ਚਾਹੇ ਪ੍ਰਧਾਨ ਮੰਤਰੀ ਕਿਸੇ ਨੂੰ ਬਣਾ ਦਿਓ ਮੁੱਖ ਮੰਤਰੀ ਕਿਸੇ ਨੂੰ ਬਣਾ ਦਿਓ ਕੋਈ ਉਪ ਮੁੱਖ ਮੰਤਰੀ ਬਣਾ ਦੇਵੇ ਜਿਨ੍ਹਾਂ ਚਿਰ ਸਾਨੂੰ ਬੋਲਣ ਦਾ ਅਧਿਕਾਰ ਨਹੀਂ ਆਪਣੀ ਗੱਲ ਕਹਿਣ ਦਾ ਅਧਿਕਾਰ ਨਹੀਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਅਧਿਕਾਰ ਨਹੀਂ ਫਿਰ ਇਹਨਾਂ ਉਹਦਿਆਂ ਦਾ ਕੋਈ ਮਾਨਾ